ਅਖ਼ਬਰੀ ਗੱਲ ਦੋਸਤੋ ਇਸ ਵੇਲੇ ਦੀ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਨੌਜਵਾਨ ਕੁੜੀ ਦੇ ਲਈ ਕਾਲ ਬਣ ਕੇ ਆਈ ਗਵਾਂਡੀਆਂ ਦੀ ਲੜਾਈ ਸਿਰ ਚੋਂ ਵਾਜੀ ਗੋਲੀ ਪੂਰੇ ਪਿੰਡ ਚੋਂ ਪੈ ਗਿਆ ਗਾ ਰੋਟੀ ਖਾਣ ਲਈ ਆਪਣੇ ਘਰ ਦੇ ਮੰਜੇ ਤੇ ਬੈਠੀ ਸੀ ਕੁੜੀ ਸੋ ਵੱਡੀ ਦੁੱਖ ਦੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਨਿਤ ਗੋਲੀਆਂ ਚੱਲਣ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਫਿਰੋਜ਼ਪੁਰ ਕੈਂਟ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 14 ਸਾਲਾ ਬੇਕਸੂਰ ਕੁੜੀ ਦੀ ਜਾਨ ਚਲੀ ਗਈ ਜੋ ਆਪਣੀ ਮਾਂ ਦੀ ਰੋਟੀ ਲਿਆਉਣ ਦਾ ਇੰਤਜ਼ਾਰ ਕਰਦੇ ਹੋਏ ਕਰ ਰਹੀ ਸੀ ਦੋਵਾਂ ਦੇ ਵਿੱਚ ਹੋਈ ਲੜਾਈ ਦਾ ਖਮਿਆਜਾ ਛੋਟੀ ਜੀ ਮਾਸੂਮ ਕੁੜੀ ਨੂੰ ਭੁਗਤਣਾ ਪਿਆ ਮੌਤ ਦੀ ਖਬਰ ਦਾ ਜਿਵੇਂ ਪਤਾ ਲੱਗਾ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਜੇ ਗੋਲੀ ਵੱਜਣ ਦੀ ਵਜ੍ਹਾ ਕਰਕੇ 14 ਸਾਲਾ ਕੁੜੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਜਿਵੇਂ ਹੀ ਇਸ ਮਾਮਲੇ ਦੀ ਜਾਣਕਾਰੀ ਬਾਰੇ ਪਤਾ ਲੱਗਦਾ ਜੇ ਉਸ ਵੇਲੇ ਪੁਲਿਸ ਵੱਲੋਂ ਜਾਂਚ ਬਦਦਲ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਫਿਰੋਜ਼ਪੁਰ ਕੈਂਟ ਇਲਾਕੇ ਦੇ ਇੱਕ ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਇਸ ਦੌਰਾਨ ਇੱਟਾਂ ਵੀ ਚੱਲੀਆਂ ਤੇ ਗੋਲੀਆਂ ਵੀ ਚੱਲੀਆਂ ਜਿਸ ਜਵਾਈ ਦੀ ਕਿਸੇ ਪਰਿਵਾਰ ਨਾਲ ਰੰਜਿਸ਼ ਸੀ ਉਹ ਕਸੌਰੇ ਘਰ ਆਇਆ ਹੋਇਆ ਸੀ ਉਸ ਨੂੰ ਮਾਰਨ ਲਈ ਕਈ ਬੰਦੇ ਉਸ ਦਾ ਪਿੱਛਾ ਕਰ ਰਹੇ ਸਨ ਇੰਨੇ ਨੂੰ ਬੱਚੀ ਆਪਣੀ ਮਾਂ ਦੇ ਨਾਲ ਘਰ ਦੇ ਬਾਹਰ ਬੈਠੀ ਸੀ ਰੋਟੀ ਖਾਣ ਮਾਂ ਰੋਟੀ ਲੈਣ ਲਈ ਅੰਦਰ ਚਲੀ ਜਾਂਦੀ ਆ ਮ੍ਰਿਤਕ ਬੱਚੀ ਦੀ ਮਾਂ ਕਾਮਣੀ ਮੋਨੂ ਨੇ ਦੱਸਿਆ ਕਿ ਮਾਂ ਅੰਦਰ ਆਪਣੀ ਬੱਚੀ ਦੀ ਰੋਟੀ ਲੈਣ ਗਈ ਸੀ ਪਿਓ ਘਰ ਦੇ ਬਾਹਰ ਗਿਆ ਹੋਇਆ ਸੀ ਹੋਰਾਂ ਨੂੰ ਇੰਜ ਲੱਗਿਆ ਜਿਵੇਂ ਬਾਹਰ ਪਟਾਕੇ ਚੱਲ ਰਹੇ ਸਨ ਤਾਂ ਹਸਪਤਾਲ ਜਾ ਕੇ ਪਤਾ ਲੱਗਾ ਕਿ ਉਹਨਾਂ ਦੀ 3 ਦੀ ਛਾਤੀ 'ਚ ਗੋਲੀ ਵੱਜੀ ਆ ਪਰਿਵਾਰ ਵਾਲਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਸੀਂ ਤਾਂ ਪਰਿਵਾਰ ਘਰ ਦੇ ਬਾਹਰ ਜਿਹੜਾ ਬੈਠਾ ਹੋਇਆ ਸੀ ਪਰ ਨਜਾਇਜ਼ ਸਾਡੇ ਬੱਚੇ ਦੀ ਮੌਤ ਹੋ ਚੁੱਕੀ ਆ ਮੇਰੀ ਬੱਚੀ ਦੀ ਰੋਟੀ ਸਾਡੇ ਗਰਈਆ ਮੈਂ ਰੋਟੀ ਲੈਣ ਵਾਸਤੇ ਅੰਦਰ ਗਈ ਸੀ ਐਨੇ ਨੂੰ ਜਿਹੜੀ ਗੂਲੀਆਂ ਚੱਲਣ ਦੀ ਪਟਾਕੇ ਚੱਲਣ ਦੀ ਆਵਾਜ਼ ਆਉਂਦੀ ਆ ਸੋ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਪਰਿਵਾਰ ਦੁੱਖ ਮਨਾ ਰਿਹਾ ਪਰ ਪਰਿਵਾਰ ਨੂੰ ਇਨਸਾਫ਼ ਦੀ ਗੁਹਾਰ ਵੀ ਲਾਰਿਆ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਚ ਜਰੂਰ ਦੱਸੋ